ਬੋਲਣਾ ਤੁਹਾਨੂੰ ਪੈਣਾ ਹੀ ਆ। ਸਾਨੂੰ ਬੱਕਰੇ ਸ਼੍ਰੀ ਦੇ ਨੇ ਖਾਣਾ ਤੇ ਇਹਨਾਂ ਨੂੰ ਕੋਈ ਮਤਲਬ ਪੈਸੇ ਕੋਈ ਅੱਗੇ ਲੈ ਗਿਆ ਭਾਈ ਸਾਹਿਬ ਕੋਈ ਇਹਨਾਂ ਦੇ ਕੰਮ ਕੁੰਮ ਕਰਨ ਵਾਸਤੇ ਤੁਹਾਡੇ ਮਿੰਟਾਂ ਕੋਈ ਆਈ ਤੇ ਆਪ ਹੀ ਕਿਸੇ ਬੰਦੇ ਨੂੰ ਸਲਾਹ ਦਿੰਦਾ ਝਟਕਾਈ ਤੋਂ ਲੈਂਦੀ ਮੁੱਲ ਲਿਆ ਕੇ ਕੀ ਕਰਨਾ ਫਾਇਦਾ ਕੁਛ ਨੀ ਕਰਨਾ ਸਾਰਾ ਕੋ ਮਿੰਟੋ ਮਿੰਟੀ ਤੂੰ ਦੱਸ ਤੈਨੂੰ ਪਤਾ ਵੀ ਮੁੜ ਕੇ ਸਾਡੇ ਕੋਲ ਸਾਰੇ ਇਲਾਜ ਹੈਗੇ ਤੇ ਨਾ ਸਾਨੂੰ ਕਿਸੇ ਦਾ ਡਰ ਹੀ ਕਿਹੜੇ ਮਸਲੇ ਸੁਣਦਾ ਅੱਛਾ ਤੂੰ ਆਖਣ ਡਿਆ ਵਿਚਾਰੇ ਦੀ ਕੋਟੀ ਕਾਟਿਆ ਤੇ ਇਹਨੂੰ ਆਖਿਆ ਨੀ ਅਜੇ ਕੁਛ ਬੋਲੋ ਨਾ ਬੋਲੋ ਨਾ ਯਾਰ ਬੋਲੋ ਨਾ ਸੰਗਤ ਬੜੀ ਆਉਂਦੀ ਮੈਂ ਬੜਿਆਂ ਤੋਂ ਪੈਸੇ ਬਣਾ ਪੈਸੇ ਬੜੇ ਮੰਨਿਆ ਲੋਕਾਂ ਤੋਂ ਉਹਨਾਂ ਮੈਂ ਗੀਤੇ ਆ ਸੰਗਤ ਤੇ ਬੜੀ ਆਉਂਦੀ ਹੈ ਸਾਰਿਆਂ ਨੇ ਕਰਦਾ ਮੈਂ ਮੇਰੇ ਤੋਂ ਦੂਜੇ ਕਹਿਣ ਦੀ ਰਿਕਾਰਡਿੰਗ ਪਿੰਡ ਦੇ ਕੁੱਲਾ ਆਏ ਹਾਂਜੀ ਜ਼ੋਰ ਦੀ ਬੋਲ ਮੜਿਆ ਪੱਟ ਕੋਲ ਕਿੰਨੇ ਦੀ ਲਿਆਂਦੀ ਕਿੰਨੇ ਦੀ ਡੇਢ ਸੌ ਦੀ ਕਿੰਨਾ ਚਿਰ ਹੋ ਗਿਆ ਚੱਕਰ ਪੈਣ ਨੂੰ ਬਚਪਨ ਤੋਂ ਹੀ ਬਚਪਨ ਤੋਂ ਹੀ ਕਿੰਨੇ ਲੋਕਾਂ ਨੇ ਠੱਗੀ ਮਾਰ ਲਈ ਹੁਣ ਤੱਕ ਠੱਗੀ ਤਾਂ ਮਾਰੀ ਹੈ ਠੱਗੀ ਨੀ ਮਾਰੀ ਆ ਕਰ ਦਿੱਤਾ ਕੀ ਜਾਣਦਾ ਕੀ ਗਿਆ ਕੁਛ ਵੀ ਨੀ ਜਾਣਦਾ ਮੈਂ ਕੁਛ ਨੀ ਜਾਣਦਾ ਫਿਰ ਲੋਕਾਂ ਨੂੰ ਕਿਉਂ ਗੁਮਰਾਹ ਕਰਨ ਨਾ ਕੀ ਤੇਰਾ ਸਿੱਧਾ ਨਾ ਸੁਣ ਪਿੰਡ ਕਿਹੜਾ ਤੇਰਾ ਕੁੱਲਾ ਕੁੱਲਾ ਸਾਰਿਆਂ ਨੇ ਕੰਮ ਨਹੀਂ ਜੇ ਪਹਿਲਾਂ ਹੀ ਕਰ ਬੈਠੇ ਪਹਿਲਾਂ ਹੀ ਨਹੀਂ ਨਹੀਂ ਅੱਗੇ ਤੇਰੇ ਪਿੰਡ ਦਾ ਸਰਪੰਚ ਕਹਿੰਦਾ ਤਿੰਨ ਵਾਰ ਅੱਗੇ ਛਡਾਇਆ ਤੈਨੂੰ ਨਹੀਂ ਉਹ ਤਾਂ ਮਤਲਬ ਉਸ ਤਰ੍ਹਾਂ ਹੀ ਹੁੰਦਾ ਐਵੇਂ ਸਰਪੰਚ ਕਹਿੰਦੇ ਅੱਛਾ ਮੰਨਦਾ ਗਲਤੀ ਮੈਂ ਕੀਤੀ ਹੁਣ ਤੈਨੂੰ ਕੀ ਜੁਰਮਾਨਾ ਚਾਹੀਦਾ ਜੁਰਮਾਨਾ ਕੇ ਪੈਸੇ ਵਾਪਸ ਕਰ ਦੇਣੇ ਜਿਹੜੇ ਕਿੰਨੇ ਲਏ ਕਿੰਨੇ ਜਿਹੜੇ ਲਏ ਇਹਨਾਂ ਜਿੰਨੇ ਜਿੰਨਾ ਕੰਮ ਕਰਾਇਆ ਸਾਰੇ ਕਿੰਨੇ ਪੈਸੇ ਲਏ ਇੰਨਾ ਤੋਂ ਲਿਆ ਤੇਰਾ ਯਾਰ ਹੋਰ ਸਪਾਹੀ ਤੋਂ ਲੈ ਕੇ ਆ ਰਹੀ ਹੈ ਸਪਾਹੀ ਕਿਹੜਾ
पंडाल आलिया तो किने पैसे लाए सात हजार रुपया फटाफट करा लो जी मैं फुड़क जानी जी इसे तरह आंदा जाए कोई बच्चे का नुकसान हो जाती मैं फुड़क जानी जी मैं बाबा जी पैसा तो कोई भी नहीं कोल मैं कितो इना 5000 तुम दिया आंदा भी 5000 तो घट नहीं लगना मैं 5000 बाबा जी मेरे को नहीं गा जे दिन फिर सुट के ना एक मठियाई लड्डू एक रबड़ का बावा ओ गल परची बन के लाई नौ का बचा ली हूं पुत बचा के बखावी कुछ लिखा लिखा कुछ लिखा कि नहीं पढ़िया अनपढ़ा लिखाई अनपढ़ा दी तेरी पढ़ाई नहीं हो फिर मैं सद्या नहीं गा मैं हूं दे नुकसान मेरे को पैसा कुछ नहीं मैं कितो दिया इन्हें अच्छा अज रात फिर सुट गया मैं भी हूं इन सदना ही पैना सद्या फिर मन भी गया ए नाल का जरा मन गया नुकसान फिर कोई कर्ज कर गया जानते जेड़ा सिंह फड़िया की ना ओदा ओनु किवे जानते तुसी इत्थे आया ही अच्छा पहला लग्या मेथों 2500 अच्छा कहदे हाथे भाभी तू मेथों पया नहीं हो जांदा अच्छा तू ठीक हो जाएगा अच्छा फिर आया 1500 फिर मैं ठीक नहीं होता फिर मेनू 700 दे अच्छा तेन ठीक कर दांगे तोड़ दांगे गल पई नहीं तुरे किन्ने पैसे लै गया 4700 हुण की चाहुंदे तुसी मैं जो हक मिलना चाहीदा अच्छा टूने टामने करके लोका गुमराह करके पैसे ठगदा आर टूना किसी तो सटा दिंदा कोई दिहाड़ीदार इन्हें रखा बंदा नाल मुड़के आप आगे लोग डरा के पैसे लोग ठगदा ਇਹ ਕਾਫੀ ਲੋਕਾਂ ਤੋਂ 5-5000 10000 ਇੱਕ ਨੇ ਸਾਨੂੰ ਦੱਸਿਆ ਵੀ 13000 ਮੇਰੇ ਤੋਂ ਲੈ ਗਿਆ ਤੇ ਇਹੋ ਜਿਹਾ ਕੰਮ ਕਰਦਾ ਤੇ ਉਹਨੂੰ ਅਸੀਂ ਮਤਲਬ ਅੱਜ ਇੱਥੇ ਗ੍ਰਿਫਤਾਰ ਕਰਕੇ ਫੜਿਆ ਹੋਇਆ ਤੇ ਇਹਨੂੰ ਪੁਲਿਸ ਨੂੰ ਫੜਾ ਕੇ ਦੇ ਤੇ ਕਾਰਵਾਈ ਕਰਾਉਣੀ ਤਾਂ ਕਿ ਅੱਗੇ ਤੋਂ ਲੋਕਾਂ ਨੂੰ ਇਹ ਲੋਕ ਨਾ ਠੱਗਣ ਤੇ ਲੋਕਾਂ ਦੀ ਜਿਹੜੀ ਦਸਾਂ ਨਾ ਉਹਦੀ ਕਮਾਈ ਹੱਕ ਦੀ ਕਮਾਈ ਇਹ ਲੋਕਾਂ ਤੋਂ ਗੁੰਮਰਾਹ ਕਰਕੇ ਲੋਕਾਂ ਤੋਂ ਠੱਗ ਕੇ ਤੇ ਆਪਣੇ ਕੰਮ ਜਿਹੜੇ ਆਪਣੇ ਉੱਲੂ ਸਿੱਧੇ ਕਰਦੇ ਹਨ ਕਹਿਣਾ ਚਾਹੁੰਦੇ ਆ ਵੀ ਇਹਨਾਂ ਲੋਕਾਂ ਤੋਂ ਬਚੋ ਤੇ ਇਹਨਾਂ ਦੇ ਝਾਂਸੇ ਦੇ ਵਿਚ ਨਾ ਆਓ ਇਹਨਾਂ ਕੋਲ ਕੁਛ ਨਹੀਂ ਹੈ ਲੋਕਾਂ ਨੂੰ ਗੁਮਰਾਹ ਕਰਕੇ ਤੇ ਲੋਕਾਂ ਤੋਂ ਪੈਸੇ ਠੱਗ ਦੇ ਤੁਹਾਨੂੰ ਪਤਾ ਲੱਗ ਹੀ ਚੁੱਕਾ ਇਹ ਆਪ ਮੰਨਿਆ ਵੀ ਮੇਰੇ ਕੋਲ ਕੋਈ ਗੱਲ ਨਹੀਂ ਹੁੰਦਾ ਇਹਨਾਂ ਕੋਲ ਕੁਛ ਨਹੀਂ ਹੈ ਇਹ ਭੋਲੇ ਭਾਲ ਲੋਕ ਜਿਹੜੇ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿਚ ਆ ਕੇ ਤੇ ਇਹਨਾਂ ਕੋਲ ਫਸ ਜਾਂਦੇ ਨੇ ਤੇ ਆਪਣੇ ਪੈਸੇ ਲੁਟਾ ਪੈਂਦੇ ਆ ਤੇ ਅਕਾਲ ਤਖ਼ਤ ਵੱਲੋਂ ਮਤਲਬ ਜੋ ਐਲਾਨਨਾਮਾ ਹੈ ਇਹਨਾਂ ਤਾਂਤਰਿਕਾਂ ਨੂੰ ਬਾਬਿਆਂ ਨੂੰ ਪਖੰਡੀਆਂ ਨੂੰ ਉਹ ਕਿਸੇ ਤਰ੍ਹਾਂ ਦੇ ਵੀ ਹੋਣ ਜ਼ਰੂਰੀ ਨਹੀਂ ਆ ਤੇ ਉਹ ਵਾਲੇ ਨੇ ਜਿਹੜੇ ਹੋਰ ਵੀ ਪਖੰਡੀ ਸਾਧ ਨੇ ਇਹਨਾਂ ਤੋਂ ਵੀ ਲੋਕ ਬਚ ਕੇ ਰਹਿਣ ਇਹਨਾਂ ਦੇ ਡੇਰਿਆਂ ਤੇ ਨਾ ਜਾਣ ਤੇ ਇਹਨਾਂ ਤੋਂ ਬਚ ਕੇ ਰਹਿਣ ਅਸੀਂ ਇਹੋ ਚਾਹੁੰਦੇ ਵੀ ਇਹੋ ਜਿਹਾ ਪਿੰਡਾਂ ਦੇ ਲੋਕ ਅੱਗੇ ਤੋਂ ਵੀ ਇਹਨਾਂ ਦਾ ਧਿਆਨ ਰੱਖਣ ਤੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਫੜ ਕੇ ਤੇ ਸੰਗਤ ਦੀ ਕਚਹਿਰੀ ਵਿੱਚ ਸੱਦ ਕੇ ਤੇ ਪੁਲਿਸ ਨੂੰ ਫੜਾ ਕੇ ਤੇ ਇਹਨਾਂ ਦੇ ਬੰਦੀ ਜਿਹੜੀ ਕਾਰਵਾਈ ਉਹ ਪੁਲਿਸ ਕਰੇ ਸੁਰਿੰਦਰ ਸਿੰਘ ਅੱਛਾ ਜੀ ਤੇ ਕੀ ਗੱਲ ਹੋਈ ਅੱਜ ਉਹ ਗੱਲ ਹੋਈ ਹੈ ਸਾਬਕਾ ਸਰਪੰਚ ਗੁਰਮੁਖ ਸਿੰਘ ਹਾਂਜੀ ਅੱਗੇ ਵੀ ਦੋ ਵਾਰ ਘਰ ਨਾ ਟੂਣਿਆ ਪਟਾਣਿਆਂ ਦੇ ਕਾਰਨਾਮੇ ਹੋਏ ਇਹੋ ਜਿਹੜਾ ਬੰਦਾ ਪਕੜਿਆ ਅੱਜ ਹਾਂਜੀ ਇਹ ਅੱਗੇ ਵੀ ਕੰਮ ਕਰ ਜਾਂਦਾ ਇਹਦੇ ਆਉਂਦਾ ਜਾਂਦਾ ਇਹ ਵੀ ਫੋਨ ਫਾਨ ਕਰਦਾ ਵੀ ਤੁਹਾਡਾ ਨੁਕਸਾਨ ਹੋ ਜਾਣਾ ਤੁਹਾਡਾ ਮੁੰਡਾ ਮਰ ਜਾਣਾ ਮੈਂ ਮਰ ਜਾਣੀ ਆ ਅੱਛਾ ਛੇਤੀ ਕਰਵਾ ਲਓ ਅੱਛਾ ਤੇ ਰਾਤੀ ਵੀ ਇਹਦੇ ਮਤਲਬ ਆਣ ਕੇ ਦੋ ਬੰਦੇ ਮੰਨੇ ਆ ਵੀ ਬੱਕਰੇ ਦੀ ਸਰੀ ਤੇ ਹੋਰ ਸੰਧੂਰ ਸੰਧਾਰ ਸੁੱਟ ਕੇ ਅੱਛਾ ਕੰਧੋਂ ਅੰਦਰ ਸੁੱਟ ਕੇ ਚਲੇ ਗਏ ਆ ਸਾਰੇ ਇੱਥੇ ਬੰਦਿਆਂ ਨੇ ਸਲਾਹ ਦਿੱਤੀ ਵੀ ਉਸੇ ਬੰਦੇ ਦਾ ਹੀ ਕੰਮ ਆ ਜਿਹੜਾ ਇਹ ਜਿਹੜਾ ਤੁਹਾਡੇ ਘਰ ਆਉਂਦਾ ਅੱਛਾ ਜੀ ਉਹਨੂੰ ਫੋਨ ਕੀਤਾ ਵੀ ਸਾਡੇ ਘਰ ਆ ਮਤਲਬ ਇਤਨਾ ਕਾਰਨਾਮਾ ਹੋ ਗਿਆ ਤੇ ਛੇਤੀ ਬਾਬਾ ਆਣ ਕੇ ਸਾਨੂੰ ਬਚਾ ਤੇ ਉਹ ਆ ਗਿਆ ਤੇ ਇਸ ਤਰ੍ਹਾਂ ਸਾਰੇ ਪਿੰਡ ਨਗਰ ਨੇ ਇਕੱਠੇ ਹੋ ਗਏ ਉਹਨਾਂ ਨੂੰ ਕੈਬਨਿਟ ਕਰ ਲਿਆ ਪਕੜ ਲਿਆ ਤੁਹਾਡੇ ਨਾਲ ਵੀ ਹੋਈ ਠੱਗੀ ਕੋਈ ਏਦਾਂ ਦੀ ਹਾਂਜੀ ਕਿੰਨੇ ਕਿਵੇਂ ਹੋਈ ਤੁਹਾਡੇ ਨਾਲ ਮੇਰੇ ਨਾਲ ਵੀ ਮੈਂ ਵੀ ਭਰੋਸਾ ਕਰ ਲਿਆ ਵੀ ਇਹ ਬਾਬਾ ਬੜਾ ਮੰਨਿਆ ਪਰਮੰਨਿਆ ਅੱਛਾ ਤੇ ਖਰੇ ਕਿੰਨਾ ਕੇ ਭੜਾ ਹੋ ਜੂ ਇਹਨਾਂ ਨੂੰ ਵੇਖ ਕੇ ਮੈਂ ਵੀ ਫਸ ਗਿਆ ਮੈਂ 15000 ਰੁਪਇਆ ਮੇਰੇ ਤੋਂ ਨਕਦ ਲੈ ਗਿਆ ਹੋਰ ਕੁਛ
ਸਜਾ ਦਿੱਤੀ ਜਾਵੇ ਨਾ ਸਖਤ ਤੋਂ ਸਖਤ ਜਿਹੜਾ ਗਾਹ ਵਾਸਤੇ ਇਹੋ ਜਿਹਾ ਬੰਦਾ ਹੋਰ ਨਾ ਕਿਸੇ ਗਰੀਬ ਨਾਲ ਧੋਖਾ ਕਰੇ।